ਤੁਸੀਂ ਯੂਕੇ ਦਾ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਇੱਕ ਵਾਰ ਆਪਣੀ ਪ੍ਰੋਫਾਈਲ ਅਸੈਸ ਜ਼ਰੂਰ ਕਰਾਓ ਕਿ ਮੈਨੂੰ ਯੂਕੇ ਦਾ ਵੀਜ਼ਾ ਕਿਹੜੇ ਇੰਟੇਕ 'ਚ ਮਿਲੂਗਾ। ਹੋ ਸਕਦਾ ਕਿਸੇ ਨੇ ਤੁਹਾਡੀ ਮਈ ਇੰਟੇਕ ਕਹਿ ਕੇ ਫਾਈਲ ਚੱਕੀ ਹੋਵੇ, ਪਰ ਜਿਹੜੀ ਯੂਨੀਵਰਸਿਟੀ 'ਚ ਉਹਨੇ ਅਪਲਾਈ ਕੀਤਾ ਉਹਦੇ ਵਿੱਚ ਤਾਂ ਮਈ ਇੰਟੇਕ ਪੋਸੀਬਲ ਹੀ ਨਹੀਂ ਹੈਗਾ। ਦੋਸਤੋ, ਜਿਹੜੀ ਕੰਟਰੀ ਇੱਕ ਦਿਨ ਦੇ ਵਿੱਚ ਹਫ਼ਤੇ ਦੇ ਵਿੱਚ ਵੀਜ਼ਾ ਦੇ ਰਹੀ ਸੀ, 1,40,000 ਭਰਾ ਕੇ ਤੁਸੀਂ ਇੱਕ ਦਿਨ 'ਚ ਵੀਜ਼ਾ ਲਓ, 66,000 ਭਰਾ ਕੇ ਤੁਸੀਂ ਹਫ਼ਤੇ 'ਚ ਵੀਜ਼ਾ ਲਓ, ਉਹੀ ਜੀ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਨੂੰ ਜਿਹੜੇ ਏਜੰਟਸ ਨੇ ਉਹ ਸਾਲ ਸਾਲ ਲਾ ਰਹੇ ਨੇ। ਉਹਦੇ ਪਿੱਛੇ ਰੀਜ਼ਨ ਕੀ ਹੈ? ਲੈਕ ਆਫ ਨੌਲੇਜ, ਲੈਕ ਆਫ ਟਾਈ ਅਪਸ, ਉਹਨਾਂ ਨੂੰ ਪ੍ਰੋਸੈਸਿਸ ਨਹੀਂ ਪਤਾ, ਉਹਨਾਂ ਕੋਲ ਡਾਇਰੈਕਟ ਐਡਮਿਸ਼ਨਸ ਨਹੀਂ ਪਤਾ ਉਹਨਾਂ ਨੂੰ ਕਿੱਦਾਂ ਲੈਣੀਆਂ ਨੇ ਯੂਨੀਵਰਸਿਟੀ ਦੇ ਵਿੱਚ। ਸੋ ਇਹ ਸਾਰੀਆਂ ਚੀਜ਼ਾਂ ਨੇ, ਜੇ ਤੁਸੀਂ ਯੂਕੇ ਦਾ ਵੀਜ਼ਾ ਲੈਣਾ ਚਾਹੁੰਦੇ ਹੋ ਆਪਣੀ ਫਾਈਲ ਇੱਕ ਇੱਦਾਂ ਦੇ ਏਜੰਟ ਦੇ ਹੱਥ 'ਚ ਫੜਾਓ ਜਿਹਦੇ ਟਾਈ ਅਪਸ ਡਾਇਰੈਕਟ ਨੇ, ਜਿਹਨੂੰ ਨੌਲੇਜ ਪੂਰੀ ਫੁੱਲ ਹੈ, ਜਿਹੜਾ ਆਪਣੇ ਰਿਜ਼ਲਟ ਦਿਖਾ ਚੁੱਕਿਆ ਹੈ, ਜਿਹੜਾ ਤੁਹਾਡੇ ਨਾਲ ਫੁੱਲੀ ਪੈਕੇਜ ਕਰਨ ਨੂੰ ਤਿਆਰ ਹੈ, ਜਿਹੜਾ ਤੁਹਾਡੇ ਫਿਊਚਰ ਨਾਲ ਖਿਲਵਾੜ ਨਾ ਕਰੇ। ਤੁਸੀਂ ਸਾਡੇ ਕੋਲ ਆਪਣਾ ਕੇਸ ਅਪਲਾਈ ਕਰਨਾ ਚਾਹੁੰਦੇ ਹੋ, ਸਭ ਤੋਂ ਪਹਿਲਾਂ ਡਾਕੂਮੈਂਟ ਲੈ ਕੇ ਆਓ, ਅਸੈਸਮੈਂਟ ਕਰਾਓ। ਜੇ ਤੁਹਾਨੂੰ ਯੈਸ ਹੋਊਗੀ ਤਾਂ ਮਤਲਬ ਯੈਸ ਹੋਊਗੀ, ਤੁਹਾਨੂੰ ਵੀਜ਼ੇ ਤੱਕ ਲੈ ਕੇ ਜਾਵਾਂਗੇ। ਜੇ ਤੁਹਾਨੂੰ ਨੋ ਹੋਊਗੀ ਫਿਰ ਤੁਸੀਂ ਚਾਹੇ ਜਿਹੜੇ ਮਰਜ਼ੀ ਏਜੰਟ ਕੋਲ ਚਲੇ ਜਾਓ, ਫਿਰ ਧੱਕੇ ਹੀ ਨੇ, ਫਿਰ ਤੁਹਾਨੂੰ ਕੰਟਰੀ ਚੇਂਜ ਕਰਨੀ ਪੈਣੀ।